ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੱਲ੍ਹ ਰਾਸ਼ਟਰਪਤੀ ਟਰੰਪ ਹੋਣਾਂ ਨੂੰ ਐਬਸੋਲਿਊਟ ਇਮਿਊਨਿਟੀ ਮਿਲੀ। ਕਹਿੰਦੇ ਵੀ ਜਦੋਂ ਅਧਿਕਾਰਤ ਜੇ ਪ੍ਰੈਜ਼ੀਡੈਂਸ਼ੀਅਲ ਕੰਮ ਕਰ ਰਹੇ ਆ ਤਾਂ ਉਹਨਾਂ ਨੂੰ ਜਿਹੜੀ ਇਮਿਊਨਿਟੀ ਆ ਉਹ ਪ੍ਰਦਾਨ ਕੀਤੀ ਆ ਸੁਪਰੀਮ ਕੋਰਟ ਆਫ ਯੂਨਾਈਟਿਡ ਸਟੇਟਸ ਨੇ। ਮੈਨਹੈਟਨ ਦੇ ਡੀਏ ਹੁਣ ਇਹ ਕਹਿ ਰਹੇ ਆ ਵੀ ਜੇ ਟਰੰਪ ਹੋਣਾਂ ਦੀ ਸੈਂਟੈਂਸਿੰਗ ਦੇ ਵਿੱਚ ਡਿਲੇ ਹੁੰਦਾ ਆ ਤਾਂ ਉਹ ਉਸ ਦਾ ਵਿਰੋਧ ਨਹੀਂ ਕਰਨਗੇ। ਐਲਵਿਨ ਬਰੈਗ ਦੇ ਜਿਹੜੇ ਆਫਿਸ ਜੋ ਕਿ ਮਨਹੈਟਨ ਦੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ ਜਿਹੜੀ ਚਿੱਠੀ ਫਾਈਲ ਕੀਤੀ ਆ ਨਿਊਯਾਰਕ ਕੋਰਟ ਦੇ ਨਾਲ, ਉਹਦੇ ਵਿੱਚ ਇਹ ਕਿਹਾ ਆ ਵੀ ਉਹ ਓਪਨ ਨੇ ਵੀ ਜੇ 2 ਵੀਕ ਦਾ ਡਿਲੇ ਹੁੰਦਾ ਆ, 11 ਜੁਲਾਈ ਦੀ ਸੈਂਟੈਂਸਿੰਗ ਹੋਣੀ ਸੀਗੀ ਜਿਹੜੀ ਟਰੰਪ ਹੋਣਾਂ ਦੀ, ਜਿਹਦੇ ਵਿੱਚ ਰੀਸੈਂਟਲੀ ਇਹ ਦੋਸ਼ੀ ਕਰਾਰ ਦਿੱਤੇ ਗਏ ਸੀਗੇ, ਦੋਸ਼ੀ ਪਾਏ ਗਏ ਸੀਗੇ ਟਰੰਪ ਹੋਣੀ ਉਸ ਮਾਮਲੇ ਦੇ ਵਿੱਚ। ਸੋ ਕਹਿੰਦੇ ਵੀ ਟਰੰਪ ਹੋਣਾਂ ਨੇ ਮੋਸ਼ਨ ਪਾਇਆ ਸੀਗਾ ਇਸ ਸੈਂਟੈਂਸਿੰਗ ਨੂੰ ਡਿਲੇ ਕਰਨ ਦੇ ਲਈ। 11 ਜੁਲਾਈ ਤੋਂ ਕੁਛ ਦਿਨਾਂ ਬਾਅਦ ਹੀ ਜਿਹੜੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਹੋਣੀ ਸੀ, ਜਿਹਦੇ ਵਿੱਚ ਟਰੰਪ ਹੋਣਾਂ ਨੂੰ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਨਾਮਜ਼ਦਗੀ ਜਿਹੜੀ ਆ ਉਹ ਰਿਪਬਲਿਕਨ ਪਾਰਟੀ ਦੀ ਮਿਲਣੀ ਸੀਗੀ। ਸੋ ਉਸ ਤੋਂ ਪਹਿਲਾਂ ਜਿਹੜਾ ਹੁਣ ਸ਼ਾਇਦ ਉਹਨਾਂ ਨੂੰ ਸਜ਼ਾ ਨਹੀਂ ਹੋਵੇਗੀ, ਉਹ ਜਿਹੜੀ ਵੀ ਸਜ਼ਾ ਸੈਂਟੈਂਸਿੰਗ ਆ ਉਹ ਤੋਂ ਬਾਅਦ ਦੇ ਵਿੱਚ ਹੁਣ ਸੁਣਾਈ ਜਾਵੇਗੀ। ਸੋ ਇਹ ਜਿਹੜੇ ਡਿਸਟ੍ਰਿਕਟ ਅਟਾਰਨੀ ਆ ਹੁਣ ਮਨਹੈਟਨ ਦੇ, ਉਹ ਮੰਨ ਗਏ ਆ, ਕਹਿੰਦੇ ਵੀ ਜੇ ਡਿਲੇ ਵੀ ਹੁੰਦਾ ਆ ਤਾਂ ਇਹਦੇ ਵਿੱਚ ਹੁਣ ਸਾਨੂੰ ਕੋਈ ਵੀ ਜਿਹੜੀ ਅੜਚਨ ਆ ਵਾਪਸ ਆ ਉਸ ਦੇ ਵਿੱਚ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ। 34 ਫੈਲਨੀ ਕਾਊਂਟਸ ਦੇ ਵਿੱਚ ਜਿਊਰੀ ਨੇ 10 ਘੰਟਿਆਂ ਤੋਂ ਘੱਟ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿਸ ਵਿੱਚ ਟਰੰਪ ਹੋਣਾਂ ਨੇ ਆਪਣੇ ਬਿਜ਼ਨਸ ਰੈਕਰਡਸ ਨੂੰ ਝੂਠ ਮੂਠ ਜਿਹੜਾ ਉਹ ਦਿਖਾਇਆ ਸੀ, ਅਤੇ ਨਾਲ ਦੇ ਨਾਲ ਜਿਹੜੀ ਪੋਰਨ ਐਕਟਰਸ ਆ ਸਟੋਰਮੀ ਡੈਨੀਅਲਜ਼ ਨੂੰ ਜਿਹੜੀ ਹਸ਼ ਮਨੀ ਦਿੱਤੀ ਸੀ, ਪੇਮੈਂਟ ਜਿਹੜੀ ਉਹ ਕੀਤੀ ਸੀ ਆਪਣਾ ਮੂੰਹ ਜਿਹੜਾ ਉਹ ਬੰਦ ਰੱਖਣ ਦੇ ਲਈ, ਉਹਨਾਂ ਮਾਮਲਿਆਂ ਦੇ ਵਿੱਚ ਹੁਣ ਸੈਂਟੈਂਸਿੰਗ 2 ਵੀਕ ਲੇਟ ਹੋ ਸਕਦੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੱਲ੍ਹ ਰਾਸ਼ਟਰਪਤੀ ਟਰੰਪ ਹੋਣਾਂ ਨੂੰ ਐਬਸੋਲਿਊਟ ਇਮਿਊਨਿਟੀ ਮਿਲੀ। ਕਹਿੰਦੇ ਵੀ ਜਦੋਂ ਅਧਿਕਾਰਤ ਜੇ ਪ੍ਰੈਜ਼ੀਡੈਂਸ਼ੀਅਲ ਕੰਮ ਕਰ ਰਹੇ ਆ ਤਾਂ ਉਹਨਾਂ ਨੂੰ ਜਿਹੜੀ ਇਮਿਊਨਿਟੀ ਆ ਉਹ ਪ੍ਰਦਾਨ ਕੀਤੀ ਆ ਸੁਪਰੀਮ ਕੋਰਟ ਆਫ ਯੂਨਾਈਟਿਡ ਸਟੇਟਸ ਨੇ। ਮੈਨਹੈਟਨ ਦੇ ਡੀਏ ਹੁਣ ਇਹ ਕਹਿ ਰਹੇ ਆ ਵੀ ਜੇ ਟਰੰਪ ਹੋਣਾਂ ਦੀ ਸੈਂਟੈਂਸਿੰਗ ਦੇ ਵਿੱਚ ਡਿਲੇ ਹੁੰਦਾ ਆ ਤਾਂ ਉਹ ਉਸ ਦਾ ਵਿਰੋਧ ਨਹੀਂ ਕਰਨਗੇ। ਐਲਵਿਨ ਬਰੈਗ ਦੇ ਜਿਹੜੇ ਆਫਿਸ ਜੋ ਕਿ ਮਨਹੈਟਨ ਦੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ ਜਿਹੜੀ ਚਿੱਠੀ ਫਾਈਲ ਕੀਤੀ ਆ ਨਿਊਯਾਰਕ ਕੋਰਟ ਦੇ ਨਾਲ, ਉਹਦੇ ਵਿੱਚ ਇਹ ਕਿਹਾ ਆ ਵੀ ਉਹ ਓਪਨ ਨੇ ਵੀ ਜੇ 2 ਵੀਕ ਦਾ ਡਿਲੇ ਹੁੰਦਾ ਆ, 11 ਜੁਲਾਈ ਦੀ ਸੈਂਟੈਂਸਿੰਗ ਹੋਣੀ ਸੀਗੀ ਜਿਹੜੀ ਟਰੰਪ ਹੋਣਾਂ ਦੀ, ਜਿਹਦੇ ਵਿੱਚ ਰੀਸੈਂਟਲੀ ਇਹ ਦੋਸ਼ੀ ਕਰਾਰ ਦਿੱਤੇ ਗਏ ਸੀਗੇ, ਦੋਸ਼ੀ ਪਾਏ ਗਏ ਸੀਗੇ ਟਰੰਪ ਹੋਣੀ ਉਸ ਮਾਮਲੇ ਦੇ ਵਿੱਚ। ਸੋ ਕਹਿੰਦੇ ਵੀ ਟਰੰਪ ਹੋਣਾਂ ਨੇ ਮੋਸ਼ਨ ਪਾਇਆ ਸੀਗਾ ਇਸ ਸੈਂਟੈਂਸਿੰਗ ਨੂੰ ਡਿਲੇ ਕਰਨ ਦੇ ਲਈ। 11 ਜੁਲਾਈ ਤੋਂ ਕੁਛ ਦਿਨਾਂ ਬਾਅਦ ਹੀ ਜਿਹੜੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਹੋਣੀ ਸੀ, ਜਿਹਦੇ ਵਿੱਚ ਟਰੰਪ ਹੋਣਾਂ ਨੂੰ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਨਾਮਜ਼ਦਗੀ ਜਿਹੜੀ ਆ ਉਹ ਰਿਪਬਲਿਕਨ ਪਾਰਟੀ ਦੀ ਮਿਲਣੀ ਸੀਗੀ। ਸੋ ਉਸ ਤੋਂ ਪਹਿਲਾਂ ਜਿਹੜਾ ਹੁਣ ਸ਼ਾਇਦ ਉਹਨਾਂ ਨੂੰ ਸਜ਼ਾ ਨਹੀਂ ਹੋਵੇਗੀ, ਉਹ ਜਿਹੜੀ ਵੀ ਸਜ਼ਾ ਸੈਂਟੈਂਸਿੰਗ ਆ ਉਹ ਤੋਂ ਬਾਅਦ ਦੇ ਵਿੱਚ ਹੁਣ ਸੁਣਾਈ ਜਾਵੇਗੀ। ਸੋ ਇਹ ਜਿਹੜੇ ਡਿਸਟ੍ਰਿਕਟ ਅਟਾਰਨੀ ਆ ਹੁਣ ਮਨਹੈਟਨ ਦੇ, ਉਹ ਮੰਨ ਗਏ ਆ, ਕਹਿੰਦੇ ਵੀ ਜੇ ਡਿਲੇ ਵੀ ਹੁੰਦਾ ਆ ਤਾਂ ਇਹਦੇ ਵਿੱਚ ਹੁਣ ਸਾਨੂੰ ਕੋਈ ਵੀ ਜਿਹੜੀ ਅੜਚਨ ਆ ਵਾਪਸ ਆ ਉਸ ਦੇ ਵਿੱਚ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ। 34 ਫੈਲਨੀ ਕਾਊਂਟਸ ਦੇ ਵਿੱਚ ਜਿਊਰੀ ਨੇ 10 ਘੰਟਿਆਂ ਤੋਂ ਘੱਟ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿਸ ਵਿੱਚ ਟਰੰਪ ਹੋਣਾਂ ਨੇ ਆਪਣੇ ਬਿਜ਼ਨਸ ਰੈਕਰਡਸ ਨੂੰ ਝੂਠ ਮੂਠ ਜਿਹੜਾ ਉਹ ਦਿਖਾਇਆ ਸੀ, ਅਤੇ ਨਾਲ ਦੇ ਨਾਲ ਜਿਹੜੀ ਪੋਰਨ ਐਕਟਰਸ ਆ ਸਟੋਰਮੀ ਡੈਨੀਅਲਜ਼ ਨੂੰ ਜਿਹੜੀ ਹਸ਼ ਮਨੀ ਦਿੱਤੀ ਸੀ, ਪੇਮੈਂਟ ਜਿਹੜੀ ਉਹ ਕੀਤੀ ਸੀ
ਆਪਣਾ ਮੂੰਹ ਜਿਹੜਾ ਉਹ ਬੰਦ ਰੱਖਣ ਦੇ ਲਈ। ਉਹਨਾਂ ਮਾਮਲਿਆਂ ਦੇ ਵਿੱਚ ਹੁਣ ਸੈਂਟੈਂਸਿੰਗ 2 ਵੀਕ ਲੇਟ ਹੋ ਸਕਦੀ ਆ।